ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਮਿਸਟਰ ਬਮਰਾ ਲੈ ਕੇ ਆ ਗਿਆ ਜੀ ਨਵੀਂ ਵੀਡੀਓ, ਨਵਾਂ ਵਲੌਗ ਜੀ। ਜਿੱਦਾਂ ਕਿ ਤੁਹਾਨੂੰ ਦੱਸਿਆ ਸੀਗਾ ਜੀ, ਸੈਨ ਬਲਾਸ ਦੀਆਂ ਮਸ਼ੀਨਾਂ ਦਾ ਆਪਣਾ ਚੱਲ ਰਿਹਾ ਸੀਗਾ ਜੀ ਕੰਮ, ਅਤੇ ਜਿਨ੍ਹਾਂ 'ਚੋਂ ਇੱਕ ਮਸ਼ੀਨ ਆਪਣੀ ਹੋ ਗਈ ਜੀ ਆਲ ਗੁੱਡ ਅਤੇ ਰਨਿੰਗ ਜੀ। ਠੀਕ ਹੈ ਜੀ, ਫਿਰ ਆਪਾਂ ਸੈਨ ਬਲਾਸ ਦਾ ਕਰੀਏ ਜੀ ਕੰਮ ਸ਼ੁਰੂ। ਤੁਹਾਨੂੰ ਵਿਖਾਉਂਦੇ ਹਾਂ ਜੀ ਸੈਨ ਬਲਾਸ ਚੀਜ਼ ਕੀ ਆ ਅਤੇ ਕਿੱਦਾਂ ਕਰਦੇ ਹਾਂ ਜੀ ਆਪਾਂ ਯੂਨੇ ਨੂੰ ਸੈਨ ਬਲਾਸ। ਅਤੇ ਆਪਣੇ ਕੋਲ ਆ ਗਿਆ ਜੀ, ਦੇਖੋ ਪੀਟਰਬਿਲਟ ਟਰੱਕ ਹੈ ਜੀ 2014 ਦਾ ਜੀ, ਅਤੇ ਇਹਦਾ ਆਪਾਂ ਸੈਨ ਬਲਾਸਟ ਕਰਨਾ ਹੈ ਜੀ ਫਰੇਮ। ਅਤੇ ਠੀਕ ਹੈ ਜੀ, ਫਿਰ ਇਹਦਾ ਦੇਖੋ ਜੀ ਹਾਲ ਮਾੜਾ, ਫਰੇਮ ਦਾ ਸਾਰਾ ਰਸਟੀ ਹੋਇਆ ਪਿਆ ਜੀ, ਇੱਥੋਂ ਜਿੰਨਾ ਵੀ ਆ ਸਾਰੀ ਰਸਟ ਆਪਾਂ ਸੈਨ ਬਲਾਸਟ ਕਰਕੇ ਜੀ ਅਤੇ ਪ੍ਰਾਈਮ ਕਰਕੇ ਅਤੇ ਪੇਂਟ ਇਹਨੂੰ ਆਪਾਂ ਦੇਣਾ ਜੀ ਘਰ। ਦੇਖੋ ਜੀ ਹਾਲ ਜਿੱਦਾਂ ਪੇਂਟ ਉਤਰਦਾ ਪਿਆ ਜੀ, ਖਲਿੱਪੜੀਆਂ ਬਣ ਬਣ ਕੇ ਸਾਰਾ, ਸੋ ਵਿਚ ਇਜ਼ ਬੈਡ। ਅਤੇ ਆਪਾਂ ਇਹਦਾ ਹੁਣ ਸਾਰਾ ਜਿਹੜਾ ਫਰੇਮ ਹੈਗਾ ਜੀ ਇਹਨੂੰ ਆਪਾਂ ਕਰ ਲੈਣਾ ਜੀ ਸੈਨ ਬਲਾਸਟ ਕਰਕੇ ਅਤੇ ਪੇਂਟ ਜੀ। ਹਾਂਜੀ ਜੀ, ਚਲੋ ਜੀ ਤੁਹਾਨੂੰ ਦਈਏ ਜੀ ਅਪਡੇਟ। ਅਤੇ ਕੈਵੀ ਵੀਰ ਆਇਆ ਸੀਗਾ ਜੀ, ਉਹਨੇ ਸਾਰੇ ਜਿਹੜੇ ਟਾਇਰ ਸੀਗੇ ਇੱਧਰੋਂ ਯੂਨਿਟ ਦੇ ਆਪਾਂ ਖੋਲ੍ਹ ਲਏ ਜੀ, ਇੱਕ ਇੱਕ ਟਾਇਰ ਦੇ ਉੱਤੇ ਕਰ ਲਿਆ ਜੇ ਅੱਗੇ ਪਿੱਛੇ ਕਰਨਾ ਪਵੇ। ਜਿੰਨੇ ਟਰਮੀਨਲ ਏਅਰਲਾਈਨਾਂ ਸੀਗੀਆਂ ਜੀ ਉਹ ਆਪਾਂ ਕਵਰ ਕਰ ਲਈਆਂ ਜੀ। ਆ ਜਿਵੇਂ ਤੁਸੀਂ ਦੇਖ ਸਕਦੇ ਹੋ ਜੀ ਸਾਰਾ ਡਿਫਰੈਂਸ਼ੀਅਲ ਦੇ ਉੱਤੇ ਅਤੇ ਚੱਕਰ ਪਿਆ ਜੀ ਰਸਟ ਦਾ, ਇਹ ਆਪਾਂ ਸਾਰਾ ਸੈਂਡ ਬਲਾਸਟ ਕਰਕੇ ਅਤੇ ਕਰ ਦੇਣਾ ਜੀ ਪ੍ਰਾਈਮਰ ਮਾਰ ਕੇ ਅਤੇ ਪੇਂਟ, ਅਤੇ ਯੂਨਿਟ ਨੇ ਹੋ ਜਾਣਾ ਜੀ ਲਾਈਕ ਬ੍ਰੈਂਡ ਨਿਊ। ਜਿਹੜੀ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਹੈ ਜਿਹਨੂੰ ਕੈਨੇਡਾ 'ਚ DOT ਵੀ ਕਹਿ ਦਿੰਦੇ ਆ ਜੀ, ਉਹ ਜੇ ਕਿਤੇ ਵੀ ਇੱਦਾਂ ਜੰਗਾਲ ਲੱਗਿਆ ਜਾਂ ਕੋਈ ਪ੍ਰੋਬਲਮ ਹੈ ਯੂਨਿਟ, ਜਦੋਂ ਦੇਖਦੇ ਆ ਉਹਨੂੰ ਕਰ ਲੈਂਦੇ ਆ ਜੀ ਪੁੱਲ ਜਾਂ ਸਕੇਲ ਦੇ ਉੱਤੇ। ਸੋ ਜੇ ਤੁਹਾਡਾ ਟਰੱਕ ਲਿਸ਼ਕਦਾ ਪਿਆ ਵਧੀਆ, ਸੋ ਦੈਟ ਮੀਨਸ ਉਹਨਾਂ ਨੂੰ ਲੱਗਦਾ ਕਿ ਬੰਦਾ ਟੇਕ ਕੇਅਰ ਪੂਰੀ ਕਰਦਾ, ਅਤੇ ਫਿਰ ਉਹਦੇ ਚਾਂਸਿਸ ਬਹੁਤ ਘੱਟ ਜਾਂਦੇ ਆ ਜੀ ਉਹਨਾਂ ਨੂੰ ਪੁੱਲ ਕਰਨ ਦੇ ਜਦੋਂ ਵੀ ਆਪਾਂ ਸਕੇਲ ਦੇ ਉੱਤੋਂ ਲੰਘਦੇ ਹਾਂ ਜੀ। ਇੱਥੇ ਆਟੋਮੈਟਿਕ ਸਕੇਲਾਂ ਨੇ ਜੀ, ਉਹਦੇ 'ਤੇ ਕੰਪਿਊਟਰਾਈਜ਼ ਅਤੇ ਸਾਰੇ ਸੈਂਸਰਾਂ ਨੇ ਆਪਣੇ ਆਪ ਪਿੱਕ ਕਰ ਲੈਣਾ ਵੀ ਓਕੇ ਜੀ ਇਸ ਯੂਨਿਟ ਨੂੰ ਕੱਢ ਲਓ ਬਾਹਰ, ਅਤੇ ਜਦੋਂ ਫਿਰ ਉਹਦੀ ਚੈਕਿੰਗ ਹੁੰਦੀ ਹੈ ਜੀ, ਇੰਸਪੈਕਸ਼ਨ ਹੋਈ, ਕੋਈ ਵੀ ਉਹਦੇ 'ਚ ਪ੍ਰੋਬਲਮ ਨਿਕਲੀ ਜਿਹੜੀ ਮੇਜਰ ਆ, ਅਤੇ ਉਹ ਟਰੱਕ ਨੂੰ ਜਿਹੜਾ ਜੀ ਉਨੀ ਦੇਰ ਤੱਕ ਜਦ ਤੱਕ ਰਿਪੇਅਰ ਡਨ ਨਹੀਂ ਹੁੰਦੀ ਉਹ ਉੱਥੇ ਹੀ ਪਾਰਕ ਕਰਨਾ ਪੈਂਦਾ, ਅਤੇ ਉਹ ਫਿਰ ਕਾਫੀ ਕੋਸਟਲੀ ਪੈ ਜਾਂਦਾ। ਸੋ ਦੈਟ ਇਜ਼ ਦ ਰੀਜ਼ਨ ਕਿ ਹਰ ਕੋਈ ਚਾਹੁੰਦਾ ਕਿ ਜਿਹੜਾ ਉਹਨਾਂ ਦੇ ਯੂਨਿਟ ਹੋਣ ਸਾਫ਼ ਸੁਥਰੇ ਦਿਖਣ ਅਤੇ ਵਧੀਆ ਤਰੀਕੇ ਦੇ ਨਾਲ ਚਮਕਦੇ ਹੋਣ, ਪੇਂਟ ਪੂੰਟ ਸੋਹਣਾ ਆਵੇ ਅਤੇ ਉਹ ਪ੍ਰੋਬਲਮ ਤੋਂ ਬਚ ਸਕਣ ਜੀ। ਕੰਮ ਸ਼ੁਰੂ ਕਰਨ ਲੱਗੇ ਜੀ ਅਤੇ ਮੀਂਹ ਪੈਣ ਲੱਗ ਗਿਆ ਜੀ, ਵੈਦਰ ਹੈਗਾ ਤਾਂ ਮੀਂਹ ਵਾਲਾ ਹੀ ਦੱਸਿਆ, ਬਟ ਵਿੱਚੋਂ ਜਿਵੇਂ ਸਵੇਰੇ ਨਹੀਂ ਸੀ ਪੈਣ ਡਿਆ, ਮੈਂ ਕਿਹਾ ਚਲੋ ਬਹੁਤ ਵਧੀਆ ਹੋ ਗਿਆ ਜੀ ਕੰਮ ਆਪਾਂ ਸ਼ੁਰੂ ਕਰ ਸਕਦੇ ਹਾਂ। ਬਟ ਸੈਨ ਬਲਾਸ ਦੀ ਪ੍ਰੋਬਲਮ ਇਹ ਹੈ ਜੀ, ਜੇ ਤੁਸੀਂ ਮੀਂਹ ਦੇ ਵਿੱਚ ਕਰਦੇ ਹਾਂ ਜੀ ਆਪਾਂ ਉਹਨੂੰ, ਅਤੇ ਜਿੱਥੇ ਜਿੱਥੇ ਸੈਨ ਬਲਾਸਟ ਆਪਾਂ ਕਰਨੀ ਆ ਜੀ, ਅਤੇ ਜੇ ਉੱਥੇ ਪਾਣੀ ਟੱਚ ਹੋ ਗਿਆ ਜੀ ਅਤੇ ਉੱਥੇ ਹੀ ਰਸਟ ਦੁਬਾਰਾ ਚੱਲ ਪੈਣੀ ਆ, ਸੋ ਕੀਤੇ ਕੰਮ ਦਾ ਵੀ ਕੋਈ ਫਾਇਦਾ ਨਹੀਂ ਗਾ ਜੀ। ਅਤੇ ਲੈਟਸ ਸੀ, ਵੇਟ ਕਰਦੇ ਹਾਂ ਜੀ ਵੀ ਮੀਂਹ ਰੁਕ ਜਾਵੇ ਅਤੇ ਆਪਣਾ ਫਿਰ ਕੰਮ ਹੋ ਜਾਣੇ ਜੀ ਸ਼ੁਰੂ। ਓਕੇ ਜੀ, ਚੱਕਰ ਪੈ ਗਿਆ ਸੀਗਾ ਜੀ, ਇੱਕ ਮਸ਼ੀਨ ਦੇ ਨਾਲ ਫਿਟਿੰਗ ਲੱਗਦੀ ਹੈ ਜੀ, ਉਹ ਵੇਅਰ ਆਊਟ ਹੋਣ ਕਰਕੇ ਉਹਦਾ ਕੰਮ ਨਹੀਂ ਚੱਲਿਆ, ਉਹ ਫਿਟਿੰਗ ਲੈਣ ਆਏ ਸੀਗੇ ਅਤੇ ਇਨ ਦਾ ਮੇਨ ਟਾਈਮ ਸ਼ੋਪ 'ਤੇ ਹੋ ਗਿਆ ਜੀ ਕੰਪਰੈਸ਼ਰ ਖਰਾਬ। ਅਤੇ ਆ ਗਏ ਜੀ ਆਪਾਂ ਪ੍ਰਿੰਸੈਸ ਆਡੋ, ਇੱਥੋਂ ਲਿਆ ਸੀਗਾ ਜੀ, ਹਲੇ ਵਾਰੰਟੀ ਦੇ ਵਿੱਚ ਆ, ਅਤੇ ਉਹਨਾਂ ਨੂੰ ਆਪਾਂ ਰਿਟਰਨ ਕਰਕੇ ਕੰਪਰੈਸ਼ਰ ਲੈ ਲਈਏ ਜੀ ਦੂਜਾ, ਅਤੇ ਨਾਲ ਹੀ ਆਪਾਂ ਚੱਕ ਲਈਏ ਜੀ ਆਪਣੀਆਂ ਫਿਟਿੰਗ ਜੀ। ਅਤੇ ਚਲੋ ਜੀ ਫਿਰ
लो जी फिर कंप्रेशर उन्होंने कर लिया जी, चेंज सिस्टम देखो जी कितना वधिया। इत्थे फोन नंबर उन्होंने कोल सीगा जी, वो आपां उन्होंने दस्या, ट्रैक किया उन्होंने, इन्हां कोलों बाय किया सीगा, पुछया जी की प्रॉब्लम आ गई। मैं उन्होंने दस्या जी भी बंद हो गया, चलनों खड़ गया जी, तो कोई दूजा क्वेश्चन नहीं आस जी, पुराने वाला ला लिया तो आ पिया जी नवा। इन्हें कहते कस्टमर सर्विस तो दी बेस्ट है जी, इतने कोई किसी ना झोल नहीं, कंज्यूमर जोड़ा वो सब तो पहला जी। तो ठीक है जी, फिर चक लिए जी आप, पा लिया जी बैल्टा, तो चलीए जी फिर हूँ, तो ला दी इन शॉप के उत्ते। क्या बात है, नज़ारा बन गया, बहुत वाइया जॉबलैन हो गई। जिदा तुम देख सकते हो मशीन का प्रैशर इन्ना तेज़ है जी, वह जी सैंड करती है जी। भी ज मैं कई बार सोचता भी कंक्रीट है जो मर्जी है जी मूहरे वो लाइक होल कढ़ देती है जी, वो इन्नी ज़्यादा तेज़ है जी वो सैंड का, तो प्रैशर है जी, तो वो ही आप फिर जोड़ा पेंट है जी माड़ा वह ला के, तो दोबारा वो प्राइमर से पेंट की कोटिंग करके तो डन हो जाती है। तो जॉब वधिया, तो ट्रेलर सोहना लगता जी देखने, ट्रक ट्रेलर तो इधर चल रहा जी, देखो कम जी जोर के नाम। आ गया जी लोड सैंड का जी, जेड़ा सैंड ब्लास्टिंग वास्ते यूज़ होंदा। तो चलो जी इनू फिर आप फोर्क नाल करके अनलोड तो रख लिए जी, स्टोर कर लिए। चक ली तो हो गया जी ट्रेलर खाली, लगी है जी फिर हम कमां कारां जी। लो जी आ गए आप डे टू दे विच, ते ठीक है जी फिर अज हम शुरू करिए जी कम कार। तो सैंड आप ला ली, तो इधरों जिहड़ा जी यूनिट ऑलमोस्ट रेडी है जी, तो करके इनू हुण जिहड़ा थोड़ा जिहा टाइम लगना होर सैंड ब्लास्ट करके, तो फिर इनू आप करिए जी प्राइमर, तो पेंट मार के कर दिए जी इनू, ऑल गुड टू गो रेडी जी।
लो जी लो अज हैगा जी दिन तीजा तो चलन दिया जी काम यूनिट के उत्ते। तो देखो जी तुहानू दिखाईए सैंड ब्लास्ट करन तो बाद आ देखो जी सारी जिहड़ी रस्ट सीगी जी उतर गई ते थल्लेओ मैटल हुण आ गया जी बहा ते सारे कितों क्योंकि जिथे भी आपां रस्ट रह गई ते सैंड ब्लास्ट तरीके नाल नहीं होई जी उत्थों ही दोबारा जिहड़ा जंग उह तुर पैंदा जी रस्ट उत्थों शुरू हो जांदी आ ते जिन्ना भी तुसीं पेंट जॉब कीता विद इन सिक्स मंथ या साल दे विच उह खराब होणी हो जांदी है शुरू। तो इहदे करके बहुत इंपॉर्टेंट है जी जदों तुसीं सैंड ब्लास्ट करदे हो जी तरीके दे नाल सैंड ब्लास्ट हो के तो रस्ट उतरी होनी चाहिए है जी तो ताइयों होंगी है जी जॉब वैल डन तो गुड जॉब जी। ठीक है जी तो चलो हूँ फिर ये आप करने जी प्राइमर दी कोटिंग्स तो उस बाद करने इन टॉप कोट तो हो जाना जी यूनिट रेडी तो लाइक ब्रैंड न्यू फ्रेम यदा बन जाना तो तुहानू दिखावांगे जी एंड रिजल्ट भी तो करिए जी फिर काम ये शुरू जी। आ गया जी वर्दियों के विच जिहड़ी पेंट वाले सारा काम करने वास्ते जी तो ठीक है जी सेफ्टी पहला तो हुण आपां कर दईए जी काम शुरू लिया के फोर्क दे नाल इहनूं उपर चक लैणे जिहड़े टायर उपर चक के तो थले उहदे डनेज वगैरह दे के तो हो जूगा उच्चा ट्रक तो पेंट थल्यों भी करना हो जूगा जी सौखा। प्राइमर आपां भर लिया जी तो ठीक है जी हुण फिर चैक करके इहदा सारा स्प्रे तो किदां चल रही है जी गन तो फिर इहनूं आपां एप्लीकेशन करदे हां जी फिर शुरू तो चलो जी फिर जी दिन चौथा एक दिन विच पै गया सीगा जी मीह जिहदे करके काम नहीं सी चल सकिया जी क्योंकि प्रॉब्लम हो जाती है। तो देखो जी यूनिट हो गया जी प्राइमर ते हुण इहदे उत्ते पेंट किया जाऊगा जी। तो जिदा तुसीं देखिया सीगा जी पहला किन्नी ज़्यादा रस्ट पई हुई सीगी जी वो सारा आपां क्लीन अप करके तो इहनूं फिर आपां कीता जी प्राइमर प्राइमर करके तो हुण इहदे उत्ते आपां करांगे जी टॉप कोट पेंट तो अपनी हो जाणी है जी जॉब वैल डन है जी। तो चलो ठीक है जी फिर पेंट करके तो कम दा कर दिए जी आपां नंबेड़ा।
ਲਓ ਜੀ ਲਓ ਫਾਈਨਲੀ ਹੋ ਗਈ ਹੈ ਜੀ ਜੋਬ ਡਨ ਹੋ ਗਿਆ ਜੀ ਪ੍ਰਾਈਮਰ ਕਰਕੇ ਪੇਂਟ ਅਤੇ ਫਰੇਮ ਰੈਡੀ ਹੈ ਜੀ ਟਰੱਕ ਦਾ ਲਓ ਜੀ ਕਰੋ ਚੈੱਕ ਫਿਨਿਸ਼ਿੰਗ ਆਈ ਜੀ ਇਹਦੇ ਉੱਤੇ ਅਤੇ ਹੋ ਗਈ ਜੀ ਜੋਬ ਵੈਲ ਡਨ ਜੀ ਦੇਖੋ ਪਹਿਲਾਂ ਦੇ ਹਾਲਾਤ ਕਿੱਦਾਂ ਸੀਗੇ ਜੀ ਅਤੇ ਜੋਬ ਕਰਨ ਤੋਂ ਬਾਅਦ ਜੀ ਸਾਰਾ ਸੈਂਡ ਬਲਾਸਟ ਕਰਕੇ ਪੇਂਟ ਕਰਨ ਤੋਂ ਬਾਅਦ ਉਹਦਾ ਲਾਈਫ ਇਹਦੀ ਐਕਸਪੈਕਟੈਂਸੀ ਬਹੁਤ ਵੱਧ ਗਈ ਜੀ ਚਲੋ ਜੀ ਇੱਦਾਂ ਹੀ ਆ ਜੀ ਇਕੁਇਪਮੈਂਟ ਦਾ ਆਪਾਂ ਧਿਆਨ ਰੱਖਾਂਗੇ ਅਤੇ ਇਕੁਇਪਮੈਂਟ ਆਪਣਾ ਧਿਆਨ ਰੱਖਦਾ ਜੀ ਸੋ ਟੇਕ ਕੇਅਰ ਕਰੋ ਜੀ ਆਪਣੇ ਸਾਰੇ ਇਕੁਇਪਮੈਂਟ ਸੀ ਅਤੇ ਠੀਕ ਹੈ ਜੀ ਫਿਰ ਅੱਜ ਦੀ ਵੀਡੀਓ ਉਰੇ ਕਰਦੇ ਜੀ ਆਪਾਂ ਫਤਿਹ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਕਮੈਂਟ ਕਰਕੇ ਦੱਸੋ ਜੀ ਵੀਡੀਓ ਕਿੱਦਾਂ ਦੀ ਲੱਗੀ ਅਤੇ ਮਿਲਦੇ ਹਾਂ ਅਗਲੇ ਵਲੋਗ ਦੇ ਵਿੱਚ ਧੰਨਵਾਦ ਜੀ।